ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੁਪਹਿਰ ਦਾ ਵੱਜ ਚੁੱਕਿਆ 1 ਤੇ ਮੈਂ ਲੰਬੀ ਨੀਂਦ ਤੋਂ ਬਾਅਦ ਉੱਠ ਚੁੱਕੀ ਹਾਂ। ਅੱਜ ਦਿਨ ਹੈ ਐਤਵਾਰ ਦਾ ਅਤੇ ਆਪਾਂ ਕਰ ਲੱਗੇ ਹਾਂ ਵਲੌਗ ਸ਼ੂਟ। ਤੁਹਾਨੂੰ ਦਿਖਾਵਾਂਗੇ ਅੱਜ ਅਸੀਂ ਪੂਰਾ ਦਿਨ ਕੀ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਬਾਹਰ ਅਤੇ ਦੇਖਦੇ ਹਾਂ ਧੁੱਪ ਕਿੰਨੀ ਸੋਹਣੀ ਚੜ੍ਹੀ ਆ, ਕਿਉਂਕਿ ਬਾਰੀ ਥਾਈਂ ਦੀ ਮੈਂ ਦੇਖ ਸਕਦੀ ਹਾਂ ਇੱਥੋਂ ਖਿੜਕੀ ਥਾਈਂ ਨਿੱਕੀ ਜਿਹੀ ਖਿੜਕੀ ਆ ਕਿ ਬਾਹਰ ਧੁੱਪ ਚੜ੍ਹੀ ਹੋਈ ਆ। ਸੋ ਤੁਹਾਨੂੰ ਦਿਖਾਉਂਦੇ ਹਾਂ ਧੁੱਪ ਅਤੇ ਫਿਰ ਚੱਲਦੇ ਹਾਂ ਵਾਰੀ ਆਟੋ। ਲੈਟਸ ਗੋ। ਸੋ ਮੈਂ ਆ ਚੁੱਕੀ ਹਾਂ ਬਾਹਰ ਅਤੇ ਬਾਹਰ ਬਹੁਤ ਸੋਹਣੀ ਧੁੱਪ ਆ ਅਤੇ ਮੈਂ ਲਾਈਆਂ ਐਨਕਾਂ ਕਿ ਮੈਨੂੰ ਸਾਫ਼ ਸਾਫ਼ ਲੱਭ ਸਕੇ, ਕਿਉਂਕਿ ਧੁੱਪ ਬਹੁਤ ਜ਼ਿਆਦਾ ਆ ਅਤੇ ਅੱਖਾਂ 'ਚ ਪੈਂਦੀ ਆ ਅਤੇ ਬਾਹਰ ਵਾਲੀ ਸਕੀਨੀ 'ਚ ਵੀ ਕਰਦੇ ਹੁੰਦੇ ਆ ਧੁੱਪ 'ਚ ਐਨਕਾਂ ਲਾ ਕੇ ਪਸੋਵਾਂ ਲਾ ਦੀਆਂ। ਅਤੇ ਸੋ ਆਪ ਮੈਂ ਤੁਹਾਨੂੰ ਦਿਖਾਉਂਦੀ ਹਾਂ ਸੋਹਣੇ ਸੋਹਣੇ ਘਰ ਆ ਪਿੱਛੇ ਅਤੇ ਧੁੱਪ ਬਹੁਤ ਘੈਂਟ ਆ, ਚਾਹਵਾਂ ਠੰਡ ਨਹੀਂ ਅਤੇ ਮੈਂ ਉਵੇਂ ਜੈਕਟ ਜੀ ਚਾੜੀ ਆ ਪਰ ਠੀਕ ਆ, ਬਾਹਾਂ ਨਹੀਂ ਕਾਲੀਆਂ ਹੋਣਗੀਆਂ ਕਿਉਂਕਿ ਧੁੱਪ ਬਹੁਤ ਤੇਜ਼ ਪੈਂਦੀ ਆ ਇੱਥੇ। ਜਿੰਨਾ ਸਿਆਲ 'ਚ ਰਹਿ ਰੂਹ ਕੇ ਆਪਾਂ ਮਾੜਾ ਜਿਹਾ ਰੰਗ ਸਾਫ਼ ਕੀਤਾ ਹੁੰਦਾ ਉਹ ਸਾਰਾ ਹੀ ਗਰਮੀਆਂ ਦੇ ਵਿੱਚ ਕਾਲੇ ਭੂਤ ਬਣ ਜਾਂਦੇ ਹਾਂ ਆਪਾਂ। ਅਤੇ ਤੁਹਾਨੂੰ ਦਿਖਾਵਾਂਗੇ ਬਾਹਰ ਚਿੜੀਆਂ ਪੰਜਾਬ ਵਾਲੀਆਂ। ਲੈਟਸ ਗੋ। ਸੋ ਜੱਟੋ, ਚਿੜੀਆਂ ਦੀ ਚਹਿਚਹਾਟ ਮੇ ਵੀ ਤੁਸੀਂ ਮੇਰੇ ਕੋਲ ਸੁਣ ਸਕਦੇ ਹੋ, ਕਿਉਂਕਿ ਇੱਥੇ ਬਹੁਤ ਚਿੜੀਆਂ ਆ ਚੀ ਚੀ ਕਰਦੀਆਂ, ਜਿਹੜੀਆਂ ਪੰਜਾਬ 'ਚ ਅੱਜ ਕੱਲ੍ਹ ਅਲੋਪ ਹੋ ਚੁੱਕੀਆਂ ਉਹ ਚਿੜੀਆਂ ਨਾਲ ਅੱਜ ਤੁਹਾਨੂੰ ਮੈਂ ਮਿਲਾਊਂਗੀ। ਤੁਸੀਂ ਆਈ ਥਿੰਕ ਚਿੜੀਆਂ ਦੀ ਜਿਹੜੀ ਉਹ ਆ ਕੀ ਕਹਿੰਦੇ ਹੁੰਦੇ ਆ ਚਿੜੀਆਂ ਦੀ ਆਵਾਜ਼, ਚਹਿਚਹਾਟ ਚਹਿਚਹਾਟ ਚਹਿਕਣ ਦੀ ਆਵਾਜ਼, ਪੰਜਾਬੀ 'ਚ ਚਹਿਕਣ ਦੀ ਆਵਾਜ਼ ਆ ਜਿਹੜੀ ਚਿੜੀਆਂ ਦੀ, ਉਹ ਸੁਣ ਸਕਦੇ ਹੋ ਅਤੇ ਤੁਹਾਨੂੰ ਮੈਂ ਦਿਖਾਊਂਗੀ ਸੋਹਣੀਆਂ ਸੋਹਣੀਆਂ ਚਿੜੀਆਂ। ਉਸ ਤੋਂ ਬਾਅਦ ਆਪਾਂ ਅੱਜ ਬੜੇ ਕੰਮ ਕੱਢਣੇ ਆ, ਸਾਰੇ ਦਿਖਾਊਂਗੀ। ਅਤੇ ਸਾਡੇ ਘਰ ਦੇ ਲਾਗੇ ਪਰੇ ਸਕੂਲ ਆ, ਮੈਂ ਉੱਥੇ ਲੈ ਕੇ ਚੱਲੀ ਤੁਹਾਨੂੰ। ਸਕੂਲੇ ਬਹੁਤ ਚਿੜੀਆਂ ਰਹਿੰਦੀਆਂ ਉੱਥੇ, ਰੁੱਖਾ ਸੋਹਣੇ ਸੋਹਣੇ ਜੇ ਤਾਂ ਉਹਨਾਂ ਦੇ ਵਿੱਚ ਚਿੜੀਆਂ ਰਹਿੰਦੀਆਂ, ਉਹ ਮੈਂ ਤੁਹਾਨੂੰ ਦਿਖਾਊਂਗੀ। ਠੀਕ ਆ, ਸੋ ਬੜੇ ਰਹੋ ਮੇਰੇ ਨਾਲ, ਤੁਹਾਨੂੰ ਦਿਖਾਉਂਦੇ ਹਾਂ। ਮੈਨੂੰ ਵਧੀਆ ਲੱਗਦਾ ਹੁੰਦਾ ਆ ਉੱਠ ਕੇ ਬਾਹਰ ਘੁੰਮਣਾ, ਜਿੱਦਣ ਮੇਰੀ ਛੁੱਟੀ ਹੋਵੇ ਕਿ ਮੈਂ ਬਾਹਰ ਆ ਕੇ ਘੁੰਮਦੀ ਹੁੰਦੀ ਹਾਂ, ਸੈਰ ਜੀ ਕਰਦੀ ਹੁੰਦੀ ਹਾਂ ਅਤੇ ਵਧੀਆ ਲੱਗਦਾ, ਫਰੈਸ਼ ਏਅਰ ਮਿਲਦੀ ਆ, ਨਾਲੇ ਚਿੜੀਆਂ ਦੀ ਜਿਹੜੀ ਆਵਾਜ਼ ਹੈ ਬਹੁਤ ਸੋਹਣੀ ਲੱਗਦੀ ਆ, ਚਹਿਚਹਾਉਣ ਦੀ ਆਵਾਜ਼ ਆ ਜਿਹੜੀ ਚਿੜੀਆਂ ਦੇ ਚਹਿਕਣ ਦੀ ਆਵਾਜ਼। ਅਤੇ ਵੈਸੇ ਵੀ ਮੌਸਮ ਬਹੁਤ ਘੈਂਟ ਹੋ ਚੁੱਕਾ ਹੁਣ, ਇੰਨੀ ਠੰਡ ਤੋਂ ਬਾਅਦ ਘੈਂਟ ਵਾਲਾ ਮੌਸਮ ਇੰਜੋਏ ਕਰਨ ਨੂੰ। ਅਤੇ ਚਲੋ ਦਿਖਾਉਂਦੇ ਹਾਂ ਤੁਹਾਨੂੰ ਚਿੜੀਆਂ। ਸੋ ਆਹ ਉਹ ਜਗ੍ਹਾ ਆ ਜਿਹਦੇ ਵਿੱਚ ਚਿੜੀਆਂ ਦੇ ਬਹੁਤ ਜ਼ਿਆਦਾ ਆਲਣੇ ਆ, ਅਤੇ ਜਿਹਨੂੰ ਮਾੜਾ ਜਿਹਾ ਵੀ ਛੇੜਦਾ ਸੀ ਚਿੜੀਆਂ ਚਿੜੀਆਂ ਉੱਡਣੀਆਂ। ਸੋ ਮੈਂ ਨਹੀਂ ਛੇੜੂੰਗੀ ਕਿਉਂਕਿ ਚਿੜੀਆਂ ਰੈਸਟ ਵੀ ਕਰ ਸਕਦੀਆਂ ਹੋ ਸਕਦੀਆਂ ਨੇ। ਅਤੇ ਇੱਕ ਪਿਆਰੀ ਜਿਹੀ ਚੀਜ਼ ਮੈਂ ਤੁਹਾਨੂੰ ਦਿਖਾਉਂਦੀ ਹਾਂ, ਕਿਸੇ ਨੇ ਆ ਚਿੜੀਆਂ ਲਈ ਬਰਡ ਫੀਡਰ ਲਾਇਆ ਹੋਇਆ, ਇਹਦੇ ਵਿੱਚ ਖਾਣ ਲਈ ਚੀਜ਼ੀਆਂ ਹੁੰਦੀਆਂ ਚਿੜੀਆਂ ਦੇ ਦਾਣੇ ਦੂਣੇ, ਆਪਾਂ ਵੀ ਲਿਆਵਾਂਗੇ। ਇੱਥੇ ਬਰਡ ਫੀਡਰ 'ਤੇ ਲੱਗਾ ਹੋਇਆ, ਇੱਥੇ ਪਾ ਜਾ ਕਰਨੇ ਆ ਵੀ ਚਿੜੀਆਂ ਖਾਇਆ ਕਰਨਗੀਆਂ। ਇੱਥੇ ਚਿੜੀਆਂ ਬਹੁਤ ਹੁੰਦੀਆਂ, ਅੱਜ ਹੈ ਨਹੀਂ ਸ਼ਾਇਦ, ਗਈਆਂ ਚੋਗਾ ਚੁਗਣ। ਸੋ ਗਲਤ ਟਾਈਮ 'ਤੇ ਆਈ ਮੈਂ, ਚਿੜੀਆਂ ਘਰ ਹੀ ਨਹੀਂ, ਮੈਂ ਤੁਹਾਨੂੰ ਕਿੱਥੋਂ ਦਿਖਾਊਂ। ਹੁਣ ਇੱਕ ਹੋਰ ਜਗ੍ਹਾ ਆ ਉੱਥੇ ਬਰਡਸ ਵਾਸਤੇ ਖਾਣਾ ਪਾਇਆ ਹੁੰਦਾ ਲੋਕਾਂ ਨੇ, ਉੱਥੇ ਤੁਹਾਨੂੰ ਲੈ ਕੇ ਜਾਂਦੀ ਹਾਂ, ਫਿਰ ਤੁਹਾਨੂੰ ਪੰਜਾਬ ਵਾਲੀਆਂ ਚਿੜੀਆਂ ਦਿਖਾਊਂਗੀ। ਤੁਸੀਂ ਸਾਰੇ ਜਿਹੜੇ ਪੰਜਾਬ ਤੋਂ ਮੇਰੇ ਨਾਲ ਜੁੜੇ ਹੋਏ ਬਹੁਤ ਖੁਸ਼ ਹੋਵੋਗੇ, ਪੰਜਾਬ ਵਾਲੀਆਂ ਉਹ ਚਿੜੀਆਂ ਦੇਖ ਕੇ ਜਿਹੜੀਆਂ ਕਿ ਗੁੰਮ ਹੋ ਚੁੱਕੀਆਂ, ਅੱਜ ਕੱਲ੍ਹ ਪੰਜਾਬ 'ਚ ਅਲੋਪ ਹੋ ਚੁੱਕੀਆਂ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਿਹੜਾ ਬਰੈਂਪਟਨ ਆ ਨਾ, ਮੈਂ ਬਰੈਂਪਟਨ 'ਚ ਰਹਿੰਦੀ ਹਾਂ ਅਤੇ ਇਹ ਪੰਜਾਬ ਹੀ ਹੈ, ਦੂਜਾ ਪੰਜਾਬ ਆ, ਕਦੀ ਤੁਹਾਨੂੰ ਬਰੈਂਪਟਨ 'ਚ ਰਹਿ ਕੇ ਇਹ ਨਹੀਂ ਲੱਗੂਗਾ ਕਿ ਤੁਸੀਂ ਪੰਜਾਬ ਤੋਂ ਦੂਰ ਹੋ, ਕਿਉਂਕਿ ਸਾਰਾ ਭਾਈਚਾਰਾ ਆਪਣਾ, ਸਾਰੇ ਆਪਣੇ ਭਾਈਚਾਰੇ ਵਾਲੇ ਆਪਣੇ ਬੰਦੇ ਆ ਸਾਰੇ ਇੱਥੇ, ਇਹਨਾਂ ਨੂੰ ਜੀਜਾ ਲੱਗਾ ਰਹਿੰਦਾ, ਜਮਾਂ ਨਹੀਂ ਲੱਗਦਾ ਕਿ ਆਪਾਂ ਪੰਜਾਬ ਤੋਂ ਬਾਹਰ ਫਿਰਦੇ ਹਾਂ ਕਿਤੇ ਜਾਂ ਕਿਵੇਂ ਵੀ ਆ, ਹੈ ਨਾ। ਇਹੀ ਇੱਕ ਕਾਰਨ ਆ ਜਿਹੜਾ ਮੇਰਾ ਕਨੇਡਾ 'ਚ ਜੀ ਲੱਗ ਗਿਆ, ਕਿਉਂਕਿ ਬਰੈਂਪਟਨ ਜਮਾਂ ਪੰਜਾਬ ਵਰਗਾ ਸੀ, ਮਿੰਨੀ ਪੰਜਾਬ ਕਹਿ ਸਕਦੇ ਹੋ ਇਹਨੂੰ। ਅਤੇ ਹੁਣ ਮੈਂ ਤੁਹਾਨੂੰ ਚਿੜੀਆਂ ਖਾਉਣ ਲੈ ਕੇ ਜਾਣ ਲੱਗੀ ਸੀ, ਰਾਤ ਮੈਨੂੰ ਅੰਕਲ ਮਿਲ ਗਏ ਘਰ ਦੇ ਬਾਹਰ ਧੁੱਪ ਸੇਕਦੀ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਸਾਡੇ ਗਵਾਂਢ 'ਚ ਰਹਿੰਦੇ ਆ ਤਾਂ ਬੜਾ ਵਧੀਆ ਲੱਗਾ ਬਜ਼ੁਰਗਾਂ ਨਾਲ ਗੱਲਬਾਤ ਕਰਕੇ, ਅਤੇ ਆਪਣਾ ਵਿਚਾਰ ਵਟਾਂਦਰੇ ਕਰਕੇ। ਮੈਂ ਵੀਡੀਓ ਇੱਥੇ ਨਹੀਂ ਬਣਾਈ ਕਿਉਂਕਿ ਸਮ ਇਸ਼ੂ ਹੋ ਜਾਂਦੇ ਆ ਨਾ ਕਈਆਂ ਨੂੰ ਕਿ ਹਾਂ ਵੀਡੀਓ ਨਹੀਂ ਬਣਾਉਣੀ ਆ ਕਿੱਦਾਂ ਵੀ, ਤਾਂ ਮੈਂ ਕਹਿੰਦਾ ਗੱਲਾਂ ਜੀਆਂ ਮਾਰ ਕੇ ਅਤੇ ਅੱਗੇ ਚੱਲ ਰਹੀ ਹਾਂ। ਹੁਣ ਤੁਹਾਨੂੰ ਦਿਖਾਉਂਦੇ ਹਾਂ ਚਿੜੀਆਂ, ਅਤੇ ਬਾਪੂ ਜੀ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ, ਉਹਨਾਂ ਨਾਲ ਗੱਲ ਕਰੀ, ਬੱਚਿਆਂ ਬਾਰੇ ਪੁੱਛਿਆ, ਛੋਟੇ ਉਹਨਾਂ ਦੇ ਇੱਥੇ ਰਹਿੰਦੇ ਆ, ਪੋਤਰਾ ਅਤੇ ਪੋਤਰੀ, ਅਤੇ ਉਹਨਾਂ ਨੇ ਕਹਿੰਦੇ ਆਪਾਂ ਕੇਸ ਰੱਖਿਆ ਹੋਇਆ ਉਹਨਾਂ ਦੇ, ਪੰਜਾਬੀ ਸਕੂਲ ਵੀ ਜਿਹੜੇ ਉਹ ਸਕੂਲ ਪਾਇਆ ਹੋਇਆ ਜਿੱਥੇ ਪੰਜਾਬੀ ਵੀ ਹੈਗੀ ਆ ਅਤੇ ਪੰਜਾਬੀ ਪੜ੍ਹਦੇ ਆ, ਪੰਜਾਬੀ ਬੋਲਦੇ ਆ, ਜੋ ਕਿ ਬਹੁਤ ਜ਼ਰੂਰੀ ਆ ਆਪਣੇ ਵਾਸਤੇ, ਕਿਉਂਕਿ ਨਹੀਂ ਆਪਣੇ ਸਾਡੇ ਜਵਾਕ ਆ ਜਿਹੜੇ ਅੰਗਰੇਜ਼ ਬਣ ਜਾਣਗੇ ਜੇ ਉਹਨਾਂ ਨੂੰ ਪੰਜਾਬੀ ਨਾ ਸਿਖਾਈ। ਸੋ ਤੁਹਾਨੂੰ ਲੈ ਕੇ ਜਾਂਦੀ ਹਾਂ ਆਪਦੇ ਉਸ ਪੁਆਇੰਟ 'ਤੇ ਜਿੱਥੇ ਮੈਨੂੰ ਚਿੜੀਆਂ ਮਿਲਦੀਆਂ ਹੁੰਦੀਆਂ ਨੇ, ਤਾਂ ਉਹਨਾਂ ਨਾਲ ਕਾਫੀ ਟਾਈਮ ਸਪੈਂਡ ਕਰਦੀ ਨਹੀਂ, ਦੇਖਦੀ ਹੁੰਦੀ ਹਾਂ। ਸੋ ਲੈਟਸ ਗੋ।
ਜੱਟੋ ਜੱਟੋ ਆਪਾਂ ਆ ਚੁੱਕੇ ਹਾਂ ਉਸ ਜਗ੍ਹਾ ਤੇ ਜਿੱਥੇ ਸਭ ਤੋਂ ਵੱਧ ਚਿੜੀਆਂ ਪਾਈਆਂ ਜਾਂਦੀਆਂ। ਉਹਦਾ ਕਾਰਨ ਆ ਇਹ ਦਾਣੇ ਜਿਹੜੇ ਸੜਕ ਤੇ ਮੇਰੇ ਅਰਗੇ ਖਲਾਰ ਜਾਂਦੇ ਆ। ਮੇਰੇ ਅਰਗੇ ਨਹੀਂ ਮੇਰੇ ਚੰਗੇ ਹੋਣਗੇ ਬੰਦੇ, ਮੈਂ ਅਰਗੇ ਖਲਾਰ ਦੂੰਗੀ। ਮੈਂ ਪ੍ਰਸ਼ਾਦੇ ਵੱਧ ਦਿੰਦੀ ਹਾਂ ਛੋਟੇ ਛੋਟੇ ਵੀ ਖਾ ਕੇ ਛੋਟਾ, ਮਤਲਬ ਕਿ ਇੱਥੇ ਉਹ ਚਿੜੀਆਂ ਰਹਿੰਦੀਆਂ ਨੇ, ਤੈਨੂੰ ਦਿਖਾਵਾਂਗੇ ਕਿੱਥੇ ਆ। ਬੋਲੋ ਚਿੜੀਓ, ਚਿੜੀਆਂ ਬੋਲਦੀਆਂ ਨੇ, ਲੁਕੀਆਂ ਪਈਆਂ ਮੋਟੀਆਂ ਹੀਆਂ, ਪਤਾ ਨਹੀਂ ਕਿੱਥੇ ਨੇ, ਡਾਉਣੀਆਂ ਪੈਣੀਆਂ ਲੱਗਦੀਆਂ ਹੁਣ। ਉਹ ਇੱਕ ਹੀ ਆ, ਦੋ ਪਤਾ ਨਹੀਂ ਦੇਖਦੀਆਂ ਨਹੀਂ ਹੈ ਨਾ, ਆਹ ਉੱਡਦੀ। ਇਹ ਤਾਂ ਕਾਲੀ ਚਿੜੀ ਆ, ਮੋਟੀਆਂ ਚਿੜੀਆਂ ਕਿੱਥੇ ਗਈਆਂ ਪੰਜਾਬ ਵਾਲੀਆਂ, ਇੱਥੋਂ ਵੀ ਉੱਡ ਗਈਆਂ ਯਾਰ, ਜਾਂ ਸਾਰੀਆਂ ਦੀ ਸਾਰੀਆਂ ਘੁੰਮਣ ਗਈਆਂ ਹੋਈਆਂ ਕਿਤੇ। ਅੱਜ ਛੁੱਟੀ ਹੈ ਬਾਹਰ, ਅੱਜ ਉਹਨਾਂ ਦੀ ਸ਼ਿਫਟ ਨਹੀਂ ਹੋਣੀ ਚਿੜੀਆਂ ਦੀ, ਘੁੰਮਣ ਗਈਆਂ ਹੋਈਆਂ ਕਿਤੇ। ਸਾਰੀ ਚਿੜੀਆਂ ਨਹੀਂ ਵਿਖਾ ਸਕਦੀ ਕਿਉਂਕਿ ਲੱਭੀਆਂ ਨਹੀਂ ਮੈਨੂੰ ਆਪ, ਅਤੇ ਅੱਗੋਂ ਵੀ ਲੋਕ ਦਿਖਾਵਾਂਗੇ ਤੁਹਾਨੂੰ ਬਾਅਦ 'ਚ ਆਪਾਂ ਕੀ ਕੀਤਾ। ਚਿੜੀਆਂ ਵਾਲਾ ਉੱਧਰ ਫਿਰਦੀਆਂ ਚਿੜੀਆਂ, ਉੱਧਰੋਂ ਆਵਾਜ਼ ਆਉਂਦੀ, ਮੈਂ ਉੱਧਰ ਗਈ ਉਹਨਾਂ ਇੱਧਰ ਉੱਡ ਕੇ ਆ ਜਾਣਾ। ਫਿਰ ਕਿਸੇ ਦਿਨ ਦਿਖਾਊਂਗੀ, ਸਵੇਰੇ ਸਵੇਰੇ ਇੱਥੇ ਜ਼ਿਆਦਾ ਹੁੰਦੀਆਂ। ਸੋ ਚੱਲਦੇ ਹਾਂ ਹੁਣ ਆਪਾਂ ਘਰ, ਅਤੇ ਬਾਕੀ ਦਾ ਵਲੌਗ ਸ਼ੂਟ ਕਰਦੇ ਹਾਂ ਬਾਅਦ 'ਚ। ਇਹ ਸੀ ਜੀ ਵਿਦਇਨ 5 ਮਿੰਟਸ ਜਿਹੜਾ ਮੌਸਮ 'ਚ ਚੇਂਜ ਆਇਆ, ਇੱਕਦਮ ਥੰਡਰਸਟੋਰਮ ਆ ਜਿਹੜੇ ਸਟਾਰਟ ਹੋ ਗਏ, ਕਿਉਂਕਿ ਮੌਸਮ ਵਿਭਾਗ ਨੂੰ ਵੀ ਇਸ ਦਾ ਕੋਈ ਪਤਾ ਨਹੀਂ ਸੀ। ਇੱਕਦਮ ਜੋ ਵੀ ਹੋਇਆ ਤਾਂ ਇਹਨਾਂ ਨੇ 2-4 ਮਿੰਟ ਦੇ ਅੰਦਰ ਅੰਦਰ, 5 ਮਿੰਟ ਦੇ ਅੰਦਰ ਸੀ ਉਹਨਾਂ ਜਦੋਂ ਪਤਾ ਲੱਗਾ ਕਿ ਇੱਦਾਂ ਦਾ ਕੁਛ ਹੋਣ ਵਾਲਾ ਆ, ਤਾਂ ਮੋਬਾਈਲ ਫੋਨਸ 'ਤੇ ਸਾਡੇ 'ਤੇ ਅਲਰਟ ਆਏ। ਉਸ ਤੋਂ ਬਾਅਦ ਵਿਦਇਨ 5 ਮਿੰਟਸ ਮੌਸਮ ਇੱਕਦਮ ਚੇਂਜ, ਤੇਜ਼ ਤੇਜ਼ ਹਵਾਵਾਂ ਚੱਲਣ ਲੱਗ ਗਈਆਂ, ਲੋਕਾਂ ਦੀਆਂ ਛੱਤਾਂ ਛੁੱਤਾਂ ਉੱਡ ਗਈਆਂ, ਰੁੱਖ ਟੁੱਟੇ, ਬਹੁਤ ਜ਼ਿਆਦਾ ਜਿਹੜਾ ਆ ਖਰਾਬ ਮੌਸਮ ਹੋਇਆ ਇੱਕਦਮ। 20-25 ਮਿੰਟ ਰਿਹਾ, ਉਸ ਤੋਂ ਬਾਅਦ ਠੀਕ ਹੋ ਗਿਆ ਸੀ, ਅਤੇ ਇੱਕਦਮ ਚੇਂਜ ਜਿਹੜੇ ਆਏ ਤੇ ਕੁਛ ਰੁੱਖ ਵੀ ਟੁੱਟੇ, ਬੜਾ ਕੁਛ ਆ। ਜਿਹੜੀ 5 ਮਿੰਟ ਦੇ ਅੰਦਰ ਅੰਦਰ ਆਈ, ਕੈਨੇਡਾ ਵਾਲਿਆਂ ਨੇ ਪਹਿਲਾਂ ਭੇਜੀ ਆਪਣੇ ਅਲਰਟਸ ਕਿ ਮੌਸਮ ਖਰਾਬ ਆ, ਦਿਨ 'ਚ ਲਾਈਟਾਂ ਜਾਗ ਚੁੱਕੀਆਂ, ਹੁਣ ਥੋੜ੍ਹਾ ਜਿਹਾ ਮੌਸਮ ਠੀਕ ਆ। ਪਹਿਲਾਂ ਬਹੁਤ ਜ਼ਿਆਦਾ ਹਨੇਰੀ ਝੱਖੜ ਇੱਕਦਮ ਆ ਗਿਆ ਸੀ 5 ਮਿੰਟਾਂ 'ਚ। ਮੈਂ ਪਹਿਲਾਂ ਬਾਹਰ ਬੈਠ ਕੇ ਗਈ ਸੀ, ਬਹੁਤ ਵਧੀਆ ਮੌਸਮ ਸੀ, ਅਚਾਨਕ ਹੀ ਤੇਜ਼ ਤੇਜ਼ ਮੀਂਹ ਅਤੇ ਝੱਖੜ ਆਉਣ ਲੱਗ ਗਿਆ। ਹੁਣ ਥੋੜ੍ਹਾ ਸੈੱਟ ਆ, ਫਿਰ ਮੈਂ ਬਾਹਰ ਨਿਕਲੀ ਹਾਂ, ਤੁਸੀਂ ਦੇਖ ਸਕਦੇ ਹੋ ਵਿਊ, ਇੱਦਾਂ ਮੌਸਮ ਚੇਂਜ ਹੁੰਦੇ ਦਿਨੇ ਦੁਪਹਿਰੇ, ਇੱਥੇ ਕੁਛ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜਾਣਾ ਯਾਰ। ਹੁਣ ਮੌਸਮ ਸਹੀ ਆ, ਜਦੋਂ ਅੱਗੇ ਮੈਂ ਅੱਗੇ ਬਾਰੀ ਥੈਂਦੀ ਦੇਖਿਆ ਨਾ, ਡਰਦੀ ਸੀ ਮੈਂ ਦੇਖ ਕੇ, ਝੱਖੜ ਹੀ ਝੱਖੜ ਸਾਰਾ ਕੁਛ ਉੱਡ ਰਿਹਾ ਸੀ। ਦਿਨ 'ਚ ਲਾਈਟਾਂ ਜਗਾ ਦੀਆਂ, ਦੇਖ ਲਓ ਬਾਬਾ ਜੀ ਨੇ ਮੀਂਹ ਪਵਾ ਕੇ, ਤੇਜ਼ ਤੇਜ਼ ਮੀਂਹ, ਝੱਖੜ, ਹੁਣ ਹਨੇਰੀ ਘੱਟ ਗਈ ਆ ਥੋੜ੍ਹੀ ਜਿਹੀ, ਅੱਗੇ ਜ਼ਿਆਦਾ ਸੀ। ਔਰ ਸੀਰੀਅਸਲੀ ਇੱਥੇ ਐਂ ਮੌਸਮ ਚੇਂਜ ਹੁੰਦਾ, ਕੋਈ ਪ੍ਰਡਿਕਟ ਨਹੀਂ ਕਰ ਸਕਦਾ ਕਦੋਂ ਕੀ ਹੋ ਜਾਵੇ। ਮੌਸਮ ਬੜਾ ਠੰਡਾ ਠੰਡਾ ਕੂਲ ਕੂਲ ਹੋ ਚੁੱਕਿਆ, ਫਿਰ ਤੋਂ 5-7 ਦਿਨ ਠੰਡਾ ਰਹੂਗਾ। ਬਾਬਾ ਜੀ ਦਿਨ 'ਚ ਟਾਰਚਾਂ ਵੀ ਮਾਰ ਰਹੇ ਨੇ, ਥੱਲੇ ਵੇਖ ਰਹੇ ਕਿੰਨੇ ਕੁ ਬੰਦੇ ਆ ਜਾਂਦਾ ਅਤੇ ਮੀਂਹ ਪਾਉਣਾ, ਅਤੇ ਨਾਲੇ ਬਿਜਲੀ ਵੀ ਗੜਕ ਰਹੀ ਆ। ਅਤੇ ਇਸ ਮੌਸਮ 'ਚ ਸਾਨੂੰ ਘਰ ਜਾ ਕੇ ਪਕੌੜੇ ਕੱਢ ਕੇ ਖਾਣੇ ਚਾਹੀਦੇ। ਦੇਖ ਲਓ ਵੀ ਐਂ ਹੁੰਦਾ ਆ ਮੌਸਮ ਚੇਂਜ ਕੈਨੇਡਾ 'ਚ ਮਿੰਟੋ ਮਿੰਟ, ਆਪਾਂ ਕੋਈ ਪ੍ਰਡਿਕਸ਼ਨ ਨਹੀਂ ਲਾ ਸਕਦੇ ਕਦੋਂ ਕੀ ਹੋ ਜਾਣਾ। ਕੁਛ ਟਾਈਮ ਪਹਿਲਾਂ ਮੈਂ ਬਾਹਰ ਆਈ ਸੀ, ਬਾਹਰ ਬਹੁਤ ਸੋਹਣੀ ਧੁੱਪ, ਬਹੁਤ ਵਧੀਆ ਮੌਸਮ ਸੀ। 5 ਮਿੰਟਾਂ 'ਚ ਮੈਂ ਘਰ ਗਈ ਹਾਂ, ਘਰ ਜਾ ਕੇ ਕੁਛ ਖਾਣ ਨੂੰ ਬਣਾਇਆ, ਤਾਂ ਮੌਸਮ ਵਿਭਾਗ ਲੋਕ ਅਲਰਟ ਆਇਆ ਕਿ ਬਹੁਤ ਭਾਰੀ ਮੀਂਹ ਅਤੇ ਹਨੇਰਾ ਜਿਹੜਾ ਝੱਖੜ ਆਊਗਾ, ਥੰਡਰ ਸਟੋਰਮਸ ਆਉਣਗੇ। ਅਤੇ ਜਾਂ ਮੈਂ ਬਾਹਰ ਦੇਖਿਆ, ਬਾਹਰ ਹਨੇਰਾ ਹੀ ਹਨੇਰਾ, ਉਹਦੀ ਵੀਡੀਓ ਮੈਂ ਨਹੀਂ ਬਣਾ ਸਕੀ ਕਿਉਂਕਿ ਮੈਂ ਬੜੀ ਐਕਸਾਈਟਿਡ ਸੀ, ਡਰ ਵੀ ਗਈ ਸੀ ਕਿ ਜ਼ਿਆਦਾ ਆ ਡਰ, ਮਤਲਬ ਮੈਂ ਉੱਡ ਜੂੰਗੀ ਜਾਂ ਕਿੱਦਾਂ, ਮੈਂ ਬਾਹਰ ਹੀ ਨਹੀਂ ਨਿਕਲੀ। ਅਤੇ ਜਦੋਂ ਮੈਂ ਹੁਣ ਬਾਹਰ ਨਿਕਲੀ, ਹੁਣ ਥੋੜ੍ਹਾ ਜਿਹਾ ਘੱਟ ਚੁੱਕਾ ਆ ਬਾਹਰ, ਇਹ ਆ ਕਰੰਟਲੀ ਵੈਦਰ, ਇੱਦਾਂ ਵੈਦਰ ਚੇਂਜ ਹੁੰਦਾ। ਦਿਨ 'ਚ ਲਾਈਟਾਂ ਜਗਾ ਦੀਆਂ ਅਗਲਿਆਂ ਨੇ, ਅਤੇ ਤੁਸੀਂ ਵੇਖ ਸਕਦੇ ਹੋ ਮੌਸਮ 'ਚ ਭਾਰੀ ਤਬਦੀਲੀ। ਵੀ ਲਾਈਕ ਇਟ, ਕਿਉਂਕਿ ਬਹੁਤ ਗਰਮੀ ਸੀ ਪਹਿਲਾਂ ਅਤੇ ਹੁਣ ਮੌਸਮ ਵਧੀਆ ਹੋ ਚੁੱਕਿਆ ਆ। ਅਤੇ ਦੇਖੋ ਮੀਂਹ 'ਚ ਭਿੱਜੋ, ਤੁਸੀਂ ਇੰਜੋਏ ਕਰੋ ਵੈਦਰ ਘੈਂਟ ਵਾਲਾ। ਬਾਬਾ ਜੀ ਟਾਰਚਾਂ ਵੀ ਮਾਰ ਰਹੇ ਆ, ਉੱਤੋਂ ਟਾਰਚਾਂ ਮਾਰ ਮਾਰ ਕੇ ਦਿਖਾ ਰਹੇ ਆ ਕਿ ਕਿਵੇਂ ਦਾ ਮੌਸਮ ਆ। ਅਤੇ ਦੇਖੋ ਇਹਨੂੰ, ਆਹ ਮੇਰੇ ਵਰਗਾ ਇੱਕ ਭੱਜੀ ਜਾਂਦਾ ਮੀਂਹ, ਜਿਹਨੂੰ ਚਾਹ ਚੜਿਆ ਮੀਂਹ ਦਾ ਸ਼ਾਇਦ। ਅਤੇ ਬਾਕੀ ਵਧੀਆ ਮੌਸਮ, ਜਿਹੜਾ ਹਨੇਰ ਝੱਖੜ ਸੀ ਉਹ ਖਤਮ ਹੋ ਚੁੱਕਾ ਆ, ਨੋਰਮਲ ਮੀਂਹ ਆ ਹੁਣ, ਅਤੇ ਵਧੀਆ ਹੋ ਗਿਆ, ਠੰਡਾ ਠੰਡਾ ਕੂਲ ਕੂਲ ਅਗੇ, ਸੋਹਣਾ ਸੋਹਣਾ ਮੌਸਮ।
ਜਿਹੜੇ ਮੇਰੇ ਵਰਗੇ ਬੰਦਿਆਂ ਨੂੰ ਮੀਂਹ ਬਹੁਤ ਪਸੰਦ ਆ ਉਹਨਾਂ ਵਾਸਤੇ ਬਹੁਤ ਘੈਂਟ ਮੌਸਮ, ਅਤੇ ਜਿਹਨਾਂ ਨੂੰ ਮੀਂਹ ਜਮਾਂ ਵੀ ਪਸੰਦ ਨਹੀਂ ਉਹਨਾਂ ਵਾਸਤੇ ਬਹੁਤ ਭੈੜਾ ਮੌਸਮ ਹੋ ਚੁੱਕਿਆ ਆ। ਪਰ ਆਈ ਰੀਅਲੀ ਲਾਈਕ ਇਟ। ਅੱਜ ਮੈਨੂੰ ਛੁੱਟੀ ਵੀ ਆ, ਮੈਂ ਘਰ ਹਾਂ ਅਤੇ ਮੌਸਮ ਇੰਜੋਏ ਕਰ ਰਹੇ ਹਾਂ। ਇੱਕ ਵਿੱਚ ਜੀ ਜਿਹੜੀ ਥੋੜ੍ਹੀ ਜਿਹੀ ਗਰਮੀ ਹੋਈ ਸੀ ਉਹ ਫਿਰ ਤੋਂ ਖਤਮ ਹੋ ਗਈ ਆ, ਮਤਲਬ ਅੱਜ ਦੇ ਮੀਂਹ ਤੋਂ ਬਾਅਦ 3-4 ਦਿਨ ਠੰਡਾ ਹੀ ਰਹਿਣਾ ਆ, ਉਸ ਬਾਅਦ ਫਿਰ ਮੀਂਹ ਪੈ ਜਾਣਾ ਆ। ਤਾਂ ਬਹੁਤ ਸੋਹਣਾ ਮੌਸਮ, ਗਰੀਨਰੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ, ਰੁੱਖ ਰੱਖ ਸਾਰੇ ਗਰੀਨ ਹੋ ਚੁੱਕੇ ਆ ਅਤੇ ਬਹੁਤ ਵਧੀਆ ਵਿਊ ਆ ਜਿਹੜਾ ਵੇਖਣ ਨੂੰ ਮਿਲ ਰਿਹਾ। ਅਤੇ ਬਾਕੀ ਇਹੀ ਆ ਕੈਨੇਡਾ ਦੀ ਮੇਨ ਗੱਲ ਕਿ ਇੱਥੇ ਮੌਸਮ ਨੂੰ ਤੁਸੀਂ ਪ੍ਰੈਡਿਕਟ ਨਹੀਂ ਕਰ ਸਕਦੇ। ਕਹਿੰਦੇ 3 ਚੀਜ਼ਾਂ ਕਦੇ ਵੀ ਚੇਂਜ ਹੋ ਸਕਦੀਆਂ ਨੇ ਕੈਨੇਡਾ 'ਚ, ਉਹ ਆ ਵਰਕ, ਵੈਦਰ ਅਤੇ ਵਾਈਫ। ਅਤੇ ਵੈਦਰ ਆ ਜਿਹੜਾ ਚੇਂਜ ਹੋ ਚੁੱਕਾ ਅਤੇ ਤੁਸੀਂ ਦੇਖ ਸਕਦੇ ਹੋ, ਅਤੇ ਬਹੁਤ ਸੋਹਣਾ ਵੈਦਰ ਮੈਂ ਕਹੂੰਗੀ ਕਿਉਂਕਿ ਆਈ ਰੀਅਲੀ ਲਾਈਕ ਰੇਨ। ਅਤੇ ਬਹੁਤ ਘੈਂਟ ਮੌਸਮ ਇਕਦਮ ਚੇਂਜ, ਅਤੇ ਬਾਕੀ ਇੰਜੋਏ ਕਰ ਰਹੇ ਹਾਂ ਗਰੀਨਰੀ ਨੂੰ। ਅਤੇ ਮੈਂ ਤੁਹਾਨੂੰ ਕੈਮਰਾ ਪੈਕ ਕਰਕੇ ਦਿਖਾਉਂਦੀ ਹਾਂ ਸਾਹਮਣੇ ਕਿਵੇਂ ਦਾ ਵਿਊ ਆ। ਆਹ ਤੁਸੀਂ ਵੇਖ ਸਕਦੇ ਹੋ ਇੱਥੇ ਕੁਝ ਟਾਈਮ ਪਹਿਲਾਂ ਬਹੁਤ ਤੇਜ਼ ਹਵਾਵਾਂ ਚੱਲੀਆਂ ਨੇ ਲੋਕਾਂ ਦੇ ਘਰਾਂ 'ਚ, ਉਹ ਦੇਖੋ ਪੀਪੀ ਜੀ ਵੀ ਬਾਹਰ ਡਿੱਗੀ ਆ ਕੇ, ਪੀਪੀਆਂ ਪੂਪੀਆਂ ਬਾਹਰ ਪਈਆਂ, ਇੱਕ ਦੋ ਜਿਹੜੀਆਂ ਤੇਲ ਤੁਲੜੀਆਂ ਸੜਕਾਂ 'ਤੇ ਪਹੁੰਚ ਚੁੱਕੀਆਂ। ਅਤੇ ਬਹੁਤ ਸੋਹਣਾ ਮੌਸਮ, ਘੈਂਟ ਵੈਦਰ, ਅਤੇ ਮੀਂਹ ਪੈ ਰਿਹਾ ਹੁਣ, ਸਾਰੇ ਲੋਕ ਬਾਹਰ ਮੌਸਮ ਦਾ ਜਾਇਜ਼ਾ ਲੈਣ ਵਾਸਤੇ ਨਿਕਲ ਰਹੇ ਘਰਾਂ 'ਚੋਂ, ਅਤੇ ਗਾਰਬੇਜ ਗੁਰਬੇਜ ਉੱਡ ਗਏ ਲੋਕਾਂ ਦੇ। ਬਹੁਤ ਵਧੀਆ, ਆਈ ਰੀਅਲੀ ਲਾਈਕ ਇਟ। ਉਹ ਉੱਥੇ ਛੋਟੇ ਜਿਹੇ ਰੁੱਖ ਦਾ ਟਾਹਣਾ ਵੀ ਟੁੱਟ ਕੇ ਡਿੱਗਿਆ ਹੋਇਆ ਸਾਹਮਣੇ ਸੜਕ 'ਤੇ। ਅਤੇ ਬਾਕੀ ਬਹੁਤ ਘੈਂਟ ਮੌਸਮ, ਲੋਕ ਦੇਖ ਰਹੇ ਮੌਸਮ ਨੂੰ, ਅੰਕਲ ਵੀ ਦੇਖਦੇ, ਲੋਕ ਬਾਹਲੇ ਲੋਕ ਵਿਚਾਰੇ ਛੱਤਾਂ ਵੇਖਣ ਦੇ, ਛੱਤਾਂ ਤਾਂ ਨਹੀਂ ਉੱਡ ਗਈਆਂ ਕਿਉਂਕਿ ਇੰਨੀ ਹਵਾ 'ਚ ਛੱਤਾਂ ਵੀ ਉੱਡ ਜਾਂਦੀਆਂ। ਅੰਕਲ ਦੇਖ ਰਹੇ ਜਾਇਜ਼ਾ ਲੈ ਰਹੇ ਘਰ ਦਾ ਕਿ ਛੱਤ ਤਾਂ ਨਹੀਂ ਉੱਡ ਗਈ ਇੱਥੇ, ਪਰ ਉੱਤੇ ਜਿਹੜੀ ਪਾਈ ਹੁੰਦੀ ਆ ਪਤਾ ਨਹੀਂ ਕੀ ਕਹਿੰਦੇ ਉਹਨੂੰ, ਛੱਤ ਦੇ ਉੱਤੇ ਲੱਗੀਆਂ ਹੁੰਦੀਆਂ ਸਨੋਅ ਵਾਸਤੇ, ਢਲਾਣ ਜੀ ਬਣਾਉਣ ਵਾਸਤੇ ਉੱਡ ਸਕਦੀਆਂ ਹੁੰਦੀਆਂ ਮੀਂਹ 'ਚ ਅਤੇ ਹਨੇਰੀ 'ਚ ਇਹ ਦੇਖ ਰਹੇ ਨੇ। ਬਾਕੀ ਬਹੁਤ ਹੀ ਘੈਂਟ ਘੈਂਟ ਮੌਸਮ ਪੈ ਰਿਹਾ, ਮੈਂ ਮੀਂਹ ਇੰਜੋਏ ਕਰਦੀ ਹੋਈ। ਅਤੇ ਹੁਣ ਆਪਾਂ ਜਾਵਾਂਗੇ ਘਰੇ, ਤੁਹਾਨੂੰ ਇੱਕਦਮ ਚੇਂਜ ਜਿਹੜਾ ਮੌਸਮ 'ਚ ਚੇਂਜ ਆ ਉਹ ਦਿਖਾ ਦਿੱਤੀ ਆ। ਆਈ ਹੋਪ ਯੂ ਵਿਲ ਲਾਈਕ ਇਟ। ਮਿਲਦੇ ਹਾਂ ਫਿਰ ਅਗਲੇ ਵਲੌਗ ਨਾਲ ਛੇਤੀ, ਤਦ ਤੱਕ ਇਹਨੂੰ ਇੰਜੋਏ ਕਰੋ। ਵੈਦਰ ਚੇਂਜ ਤੁਹਾਡੇ ਅੱਖਾਂ ਸਾਹਮਣੇ ਹੋ ਜਾਂਦੀਆਂ ਨੇ ਦੁਪਹਿਰੇ ਜਿਹੜਾ ਅੱਜ, ਦੇਖੋ ਇੰਜੋਏ ਕਰੋ। ਬਾਏ ਬਾਏ ਜੱਟੋ। ਸੋ ਇਹ ਸੀ ਜੀ ਥੰਡਰ ਸਟੋਰਮ ਆਇਆ ਜਿਹੜਾ, ਉਸ ਤੋਂ ਬਾਅਦ ਦੇ ਜਿਹੜੇ ਨਤੀਜੇ ਸੀ, ਰੁੱਖ ਪੁੱਟ ਪੁੱਟ ਕੇ ਮਾਰੇ ਬਹੁਤ ਜਗ੍ਹਾ 'ਤੇ, ਰੁੱਖ ਹੀ ਜਿਹੜੇ ਡਿੱਗੇ, ਬੜਾ ਨੁਕਸਾਨ ਹੋਇਆ ਪਰ ਜਾਨੀ ਮਾਲੀ